ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਵਿੱਚ ਖੂੰਖਾਰ ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਅਵਾਰਾ ਕੁੱਤਿਆਂ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ ਅਤੇ ਲੋਕ ਅਵਾਰਾ ਕੁੱਤਿਆਂ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭੇਡਾਂ ਦੇ ਮਾਲਕ ਮੰਗਾ ਸਿੰਘ ਨੇ ਦੱਸਿਆ ਕਿ ਸਾਡੀਆਂ ਭੇਡਾਂ ਰੋਜ਼ਾਨਾ ਦੀ ਤਰ੍ਹਾਂ ਵਾੜੇ ਵਿੱਚ ਸਨ ਕਿ ਅਚਾਨਕ ਬੀਤੀ ਰਾਤ ਅਵਾਰਾ ਕੁੱਤਿਆਂ ਨੇ ਵਾੜੇ 'ਚ ਵੜ ਕੇ ਹਮਲਾ ਕਰ ਦਿੱਤਾ, ਜਿਸ ਦਾ ਪਤਾ ਉਹਨਾਂ ਨੂੰ ਸਵੇਰੇ 4 ਵਜੇ ਲੱਗਾ। ਉਹਨਾਂ ਦੱਸਿਆ ਕਿ ਅਵਾਰਾ ਕੁੱਤੇ ਭੇਡਾਂ ਨੂੰ ਨੋਚ ਨੋਚ ਕੇ ਖਾ ਰਹੇ ਸਨ, ਜਿਨ੍ਹਾਂ ਨੂੰ ਅਸੀਂ ਪਿੰਡ ਵਾਸੀਆਂ ਦੀ ਮਦਦ ਨਾਲ ਉੱਥੋਂ ਭਜਾਇਆ। ਉਦੋਂ ਤਾਂ ਕੁੱਤੇ ਭਾਰੀ ਨੁਕਸਾਨ ਕਰ ਚੁੱਕੇ ਸਨ। ਅਵਾਰਾ ਕੁੱਤਿਆਂ ਨੇ 18 ਭੇਡਾਂ ਮਾਰ ਦਿੱਤੀਆਂ ਅਤੇ 10 ਭੇਡਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜੋ ਕਿ ਮਰਿਆਂ ਬਰਾਬਰ ਹੀ ਹਨ। ਇਸ ਬਾਰੇ ਪਿੰਡ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਨੇ ਇਸ ਤੋਂ ਪਹਿਲਾਂ ਵੀ ਇਸ ਵਾੜੇ 'ਤੇ ਹਮਲਾ ਕਰਕੇ ਕਾਫੀ ਨੁਕਸਾਨ ਕੀਤਾ ਸੀ, ਜਿਸ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਅੱਜ ਫਿਰ ਖੂੰਖਾਰ ਕੁੱਤਿਆਂ ਨੇ ਇਸ ਗਰੀਬ ਆਦਮੀ ਦਾ ਭਾਰੀ ਨੁਕਸਾਨ ਕਰ ਦਿੱਤਾ। ਰੋਜ਼ੀ ਰੋਟੀ ਦਾ ਸਾਧਨ ਇਹ ਪਾਲਤੂ ਜਾਨਵਰ ਹੀ ਹਨ, ਜਿਨ੍ਹਾਂ ਨੂੰ ਕੁੱਤਿਆਂ ਨੇ ਮਾਰ ਦਿੱਤਾ ਹੈ। ਇਸ ਬਾਰੇ ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਵਾੜਾ ਸਾਡੇ ਬਿਲਕੁਲ ਗੁਆਂਢ ਵਿੱਚ ਪੈਂਦਾ ਹੈ ਅਤੇ ਰਾਤ ਨੂੰ ਅਵਾਰਾ ਕੁੱਤਿਆਂ ਨੇ ਭੇਡਾਂ ਮਾਰ ਦਿੱਤੀਆਂ, ਜਿਸ ਕਰਕੇ ਇਸ ਗਰੀਬ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਉਹਨਾਂ ਦੱਸਿਆ ਕਿ ਇੱਕ ਪਾਸੇ ਕੁੱਤਾ ਮਾਰਨ 'ਤੇ ਸਜ਼ਾ ਹੈ, ਜਦਕਿ ਦੂਜੇ ਪਾਸੇ ਉਹ ਕਿਸੇ ਗਰੀਬ ਦਾ ਜਾਨਵਰ ਮਾਰ ਕੇ ਨੁਕਸਾਨ ਕਰ ਰਹੇ ਹਨ, ਕੋਈ ਕਾਰਵਾਈ ਨਹੀਂ ਹੁੰਦੀ। ਇਸ ਮੌਕੇ ਪਿੰਡ ਵਾਸੀ ਅਤੇ ਵਾੜੇ ਦੇ ਮਾਲਕ ਮੰਗਾ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਕੀ ਨਾਮ ਹੈ ਜੀ? ਮੰਗਾ ਜੀ। ਅਤੇ ਕਿਸ ਤਰ੍ਹਾਂ ਨੁਕਸਾਨ ਹੋਇਆ ਭੇਡਾਂ ਦਾ ਜੀ? ਜੀ ਇਹ ਸਾਨੂੰ ਤਾਂ ਸੁਬਹਾ ਪਤਾ ਲੱਗਿਆ ਜੀ, ਇਸ ਤਰ੍ਹਾਂ ਕਰਕੇ ਵੀ ਰਾਤ ਨੂੰ ਜਾਨਵਰ ਮਾਰ ਕੇ ਕੁੱਤੇ ਸੀਗੇ 12, ਅਤੇ ਗਰੀਬ ਮਾਰ ਹੋ ਗਈ ਸਾਡੀ, ਅਤੇ 12 ਨਾਗ ਸਾਡੇ ਪਹਿਲਾਂ ਮਾਰੇ ਜੀ, ਉਹ ਬੱਚੇ ਛੋਟੇ ਸੀਗੇ ਜੀ। ਅਤੇ ਹੁਣ ਕਿੰਨਾ ਨੁਕਸਾਨ ਹੋਇਆ ਜੀ? ਹੁਣ ਜੀ ਸਾਡਾ 1 ਲੱਖ ਤੋਂ ਉੱਤੇ ਹੋ ਗਿਆ ਨੁਕਸਾਨ, ਗਰੀਬ ਬੰਦੇ ਸੀਗੇ, ਇਹਦੇ ਉੱਤੇ ਸਾਡੀ ਰੁਜ਼ਗਾਰ ਚੱਲਦੀ ਆ ਜੀ, ਇਸੇ 'ਤੇ ਅਸੀਂ ਟਾਈਮ ਪਾਸ ਕਰਦੇ ਹਾਂ। ਅਤੇ ਕਿੰਨੀਆਂ ਭੇਡਾਂ ਜਿਹੜੀਆਂ ਕੁੱਤਿਆਂ ਨੇ ਮਾਰਤੀਆਂ ਜੀ? ਇਹ ਜੀ 18 ਨਾਗ ਹੈ ਜੀ ਸਾਡੇ। ਠੀਕ ਹੈ। ਉਸ ਵਿੱਚ 15 ਜ਼ਖਮੀ ਆ ਅਤੇ ਕੁਛ ਵੀ ਵਿੱਚ ਫੱਟੜ ਆ। ਇਹਦੀ ਸੂਚਨਾ ਕਿਸੇ ਡਿਪਾਰਟਮੈਂਟ ਨੂੰ ਦਿੱਤੀ ਕਿ ਨਹੀਂ ਦਿੱਤੀ ਜੀ? ਨਹੀਂ ਦਿੱਤੀ ਜੀ। ਦੇ ਰਹੇ ਹੋ ਤੁਸੀਂ? ਹਾਂਜੀ ਹਾਂਜੀ। ਅਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ? ਸਾਨੂੰ ਵੀ ਸਾਡਾ ਮੁਆਵਜ਼ਾ ਮਿਲ ਜੇ, ਗਰੀਬ ਮਾਰ ਜੀ ਹੋਈ ਜਿਹੜੀ ਸਾਡੀ, ਵੀ ਸਾਡਾ ਨੁਕਸਾਨ ਜਿਹੜਾ ਹੋਇਆ ਜੀ ਅਤੇ ਇੰਤਜ਼ਾਮ ਕੁੱਤਿਆਂ ਦਾ ਹੋ ਜੇ ਜੀ। ਹਾਂਜੀ। ਮੇਰਾ ਨਾਮ ਗੁਰਮੀਤ ਸਿੰਘ ਜੀ। ਅਤੇ ਕਿਸ ਤਰ੍ਹਾਂ ਹੋਇਆ ਜਿਹੜਾ ਭੇਡਾਂ ਦਾ ਨੁਕਸਾਨ ਹੈ? ਮੇਰਾ ਘਰ ਜੀ ਇੱਥੇ ਵਾੜੇ ਦੇ ਬਿਲਕੁਲ ਨਾਲ ਆ। ਹਾਂਜੀ। ਅਤੇ ਇਹਨਾਂ ਦਾ 4 ਕੁ ਮਹੀਨੇ ਪਹਿਲਾਂ ਵੀ ਲਗਭਗ 1 ਲੱਖ ਦੇ ਵਾਂਗੂ ਨੁਕਸਾਨ ਹੋਇਆ ਸੀ, 14-15 ਨਾਗ ਮਾਰੇ ਗਏ ਸੀ ਅਵਾਰਾ ਕੁੱਤੇ ਨੇ ਕਰਨ, ਅਤੇ ਹੁਣ ਰਾਤ ਵੀ ਇਹਨਾਂ ਦਾ 15-18 ਨਾਗ ਮਾਰ ਅਤੇ ਕੁਛ ਫੱਟੜਾ ਜੀ, ਅਤੇ 1-1.25 ਲੱਖ ਤਾਂ ਨੁਕਸਾਨ ਗਰੀਬ ਪਰਿਵਾਰ ਦਾ ਹੁਣ ਵੀ ਹੋਇਆ ਜੀ, ਅਤੇ ਜਿਹਨਾਂ ਨੁਕਸਾਨ ਹੋਇਆ ਮੁੰਡਾ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਜੀ, ਅਤੇ ਮੰਗਾ ਸਿੰਘ ਸਾਨੂੰ ਗੁਰਮੇਲ ਸਿੰਘ ਨਾਮ ਆ ਜੀ। ਅਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਰੱਖਦੇ ਹਾਂ ਵੀ ਮੈਂ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਜਿਹੜਾ ਪਹਿਲਾਂ ਹੋਇਆ ਸੀ ਉਹਦਾ ਬਕਾਇਦਾ ਪੋਸਟਮਾਰਟਮ ਵੀ ਡਾਕਟਰ ਸਾਹਿਬ ਤੋਂ ਕਰਵਾਇਆ ਸੀਗਾ, ਅਤੇ ਬਾਕੀ ਮਨ ਦੀ ਕਾਰਵਾਈ ਸਾਰੀ ਕੀਤੀ ਸੀ, ਉਹਦਾ ਵੀ ਹਾਲੇ ਤੱਕ ਕੁਛ ਨਹੀਂ ਮਿਲਿਆ, ਅਤੇ ਹੁਣ ਵੀ ਮੰਗ ਕਰਦੇ ਹਾਂ ਵੀ ਪਹਿਲਾਂ ਵਾਲਾ ਵੀ ਅਤੇ ਹੁਣ ਵਾਲਾ ਵੀ ਜਿਹੜਾ ਬਣਦਾ ਇਹਨਾਂ ਦਾ, ਵੀ ਜੋ ਪ੍ਰਸ਼ਾਸਨ ਜਿੰਨਾ ਕਰ ਸਕਦਾ ਅਤੇ ਉਹਨਾਂ ਇਹਨਾਂ ਨੂੰ ਮੁਆਵਜ਼ਾ ਦਿੱਤਾ। ਇਹ ਜਿਹੜੇ 12 ਕੁੱਤੇ ਆ ਪਿੰਡ ਦੇ ਕਿ ਬਾਹਰੋਂ ਆਉਂਦੇ ਕਿਤੋਂ? ਪਿੰਡ ਦੇ ਇਹ ਪਿੰਡ 'ਚ ਹੈ ਹੀ ਜ਼ਿਆਦਾ, ਅਸੀਂ ਤਾਂ ਇਹ ਵੀ ਮੰਗ ਕਰਦੇ ਹਾਂ ਮੇਨਕਾ ਗਾਂਧੀ ਖੁਦ ਕਿੰਨਾ ਇਹਨਾਂ ਦਾ ਕੋਈ ਇੰਤਜ਼ਾਮ ਕਰੇ, ਉਹ ਕਹਿੰਦੀ ਜੇ ਕੁੱਤਾ ਮਾਰੋਗੇ ਤਾਂ ਕੇਸ ਆ, ਅਤੇ ਜੇ ਕੋਈ ਜਾਨਵਰ ਮਾਰਤਾ ਤਾਂ ਉਹਦਾ ਕੋਈ ਕਲੇਮ ਵਗੈਰਾ ਵੀ ਨਹੀਂ, ਜਾਂ ਤਾਂ ਉਹ ਕਿੰਨਾ ਕੁੱਤਿਆਂ ਦਾ ਕੋਈ ਮੁਕੰਮਲ ਪ੍ਰਬੰਧ ਕੀਤਾ ਜਾਵੇ ਅਤੇ ਜਾਂ ਫਿਰ ਕੁੱਤੇ ਮਾਰਨ ਦੀ ਪਰਮਿਸ਼ਨ ਦਿੱਤੀ ਜਾਵੇ। ਮੇਰਾ ਨਾਮ ਸੁਰਿੰਦਰ ਸਿੰਘ ਆ ਜੀ। ਅਤੇ ਕਿਸ ਤਰ੍ਹਾਂ ਨੁਕਸਾਨ ਹੋਇਆ ਜਿਹੜਾ ਭੇਡਾਂ ਦਾ ਜੀ? ਇਹ ਜੀ ਸਾਡੇ ਪਿੰਡ ਦੇ ਗਰੀਬ ਬੰਦੇ ਆ ਜੀ, ਇਹਨਾਂ ਨੇ ਇੱਥੇ ਵਾੜੀ ਦੇ ਵਿੱਚ ਭੇਡਾਂ ਰੱਖੀਆਂ ਜੀ, ਅਤੇ ਇਹ ਰਾਤ 12 ਕੁੱਤੇ ਆਏ ਆ ਜੋ ਸਾਡੀ ਵਾਦੀਆਂ ਸਾਡਾ ਰੋੜੀ ਵਿੱਚ ਖੁੱਲ੍ਹੇ ਰਹਿੰਦੇ ਆ, ਅਤੇ ਲੋਕਾਂ ਦਾ ਨੁਕਸਾਨ ਵੀ ਕਰਦੇ ਆ, ਰਾਤ ਆ ਕੇ ਇਹਨਾਂ ਨੇ 20 ਭੇਡਾਂ ਮਾਰਤੀਆਂ ਜੀ ਅਤੇ 5-10 ਭੇਡਾਂ ਨੂੰ ਜ਼ਖਮੀ ਕੀਤਾ,
ਦੋ ਢਾਈ ਮਹੀਨੇ ਹੋ ਗਏ, ਅੱਗੇ ਵੀ 18-20 ਲੱਗ ਗਏ ਇਹਨਾਂ ਦੇ ਵਿਚਾਰੇ ਗਰੀਬਾਂ ਦੇ ਖਾ ਗਏ ਸੀ, ਜੋ ਉਹਨਾਂ ਨੂੰ ਅੱਜ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਮਿਲਿਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ 12 ਕੁੱਤਿਆਂ ਨੂੰ ਸਰਕਾਰ ਮਾਰੇ ਅਤੇ ਇਹਨਾਂ ਗਰੀਬਾਂ ਨੂੰ ਮੁਆਵਜ਼ਾ ਦਵਾਇਆ ਜਾਵੇ। ਪਹਿਲਾਂ ਵੀ ਨੁਕਸਾਨ ਹੋ ਚੁੱਕਿਆ? ਹਾਂਜੀ, ਪਹਿਲਾਂ ਮਾਲ ਹੋ ਗਿਆ ਜੀ ਨੁਕਸਾਨ, 2-2.5 ਮਹੀਨੇ 18-20 ਉਦੋਂ ਨਿੱਕੇ ਲੇੜੇ 1-2 ਭੇਡਾਂ ਉਦੋਂ ਖਾ ਗਏ ਸੀ ਕੁੱਤੇ। ਸੋਨੀ ਡੱਲਾ, ਬਿਊਰੋ ਚੀਫ ਮੁਕਤਸਰ, ਦਿਵਿਆ ਪੰਜਾਬ ਟੀਵੀ।